ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਸੋਂਗੋ ਸਿਟੀ ਦਿਖਾਉਣਾ ਅਤੇ ਨਾਲ ਇੱਥੇ ਦੀ ਸਬਜ਼ੀ ਮੰਡੀ ਤੁਹਾਨੂੰ ਮੈਂ ਦਿਖਾਉਣਾ ਆ। ਆਹ ਤੁਸੀਂ ਦੇਖੋ ਸੋਂਗੋ ਸਿਟੀ, ਛੋਟੀ ਜਿਹੀ ਸਿਟੀ ਹੈ ਇਹ। ਤਹਿਤ ਸਿਟੀ ਤਹਿਤ ਤੋਂ 150 ਕਿਲੋਮੀਟਰ ਇਹ ਸਿਟੀ ਆ। ਸੋਂਗੋ ਇਹਦਾ ਨਾਂ ਆ। ਆਹ ਮੈਂ ਤੁਹਾਨੂੰ ਦਿਖਾਉਣਾ ਸਿਟੀ। ਆਹ ਇਹਦੀ ਰੋਡ ਵਾ ਅਤੇ ਆਹ ਮੈਂ ਜਿੱਥੇ ਖੜ੍ਹਾ ਹਾਂ ਇਹ ਕ੍ਰੈਸ਼ਰ ਹੈ, ਰੇਤੇ ਦੇ ਉੱਪਰ ਖੜ੍ਹਾ ਹਾਂ ਮੈਂ। ਆਹ ਤੁਸੀਂ ਦੇਖੋ ਸੋਂਗੋ ਸਿਟੀ ਪਹਾੜਾਂ ਦੇ ਵਿੱਚ ਆ। ਸੋਂਗੋ ਸਿਟੀ ਹੈ, ਛੋਟੀ ਜਿਹੀ ਸਿਟੀ ਹੈ, ਛੋਟੇ ਛੋਟੇ ਘਰ ਹੈ ਇੱਥੇ ਅਤੇ ਇੱਥੇ ਠੰਡ ਬਹੁਤ ਹੈ। ਤੁਸੀਂ ਦੇਖ ਸਕਦੇ ਹੋ ਸੋਂਗੋ ਸਿਟੀ, ਸੋਂਗੋ ਸਿਟੀ ਬਹੁਤ ਸੋਹਣੀ ਸਿਟੀ ਹੈ, ਛੋਟੀ ਜਿਹੀ ਸਿਟੀ ਹੈ। ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਦੇਣਾ। ਸੋਂਗੋ ਸਿਟੀ ਅਫਰੀਕਾ ਦੇ ਵਿੱਚ ਹੈ। ਆਹ ਦੇਖੋ ਕ੍ਰੈਸ਼ਰ ਦਾ ਪਲਾਂਟ ਹੈ ਅਤੇ ਉਹ ਸਾਹਮਣੇ ਫੁੱਟਬਾਲ ਦਾ ਗਰਾਊਂਡ ਹੈ। ਅੱਜ ਤੁਹਾਨੂੰ ਸਬਜ਼ੀ ਮੰਡੀ ਲੈ ਕੇ ਚੱਲਦੇ ਹਾਂ। ਆਹ ਦੇਖੋ ਸਬਜ਼ੀ ਮੰਡੀ ਆ। ਆਹ ਜਿਹੜੇ ਪੱਤੇ ਪਏ ਆ, ਲੋਕ ਇਹਨਾਂ ਦੀ ਵੀ ਸਬਜ਼ੀ ਬਣਾਉਂਦੇ ਆ ਇਹ। ਉਹ ਪੀਲੀਆਂ ਪੀਲੀਆਂ ਜਿਹੜੀਆਂ ਫੁੱਟਾਂ ਪਈਆਂ। ਆਹ ਜਿਹੜੇ ਕੰਡੇ ਵਾਲੇ ਪਏ ਆ, ਇਹ ਖੀਰੇ ਹੈ, ਖੀਰੇ ਇਹ। ਇੱਧਰ ਮੈਂ ਤੁਹਾਨੂੰ ਦਿਖਾਉਣਾ। ਆਹ ਭਿੰਡੀ ਤੋਰੀ ਆ, ਆਹ ਟਮਾਟਰ ਆ, ਆਹ ਜਿਹੜੇ ਕੰਡਿਆਂ ਵਾਲੇ ਪਏ ਆ, ਗ੍ਰੀਨ ਗ੍ਰੀਨ ਦੇ ਖੀਰੇ ਆ ਇਹ। ਆਹ ਟਮਾਟਰ, ਆਹ ਕੱਦੂ ਦੇ ਪੱਤਿਆਂ ਦੀ ਵੀ ਇਹ ਲੋਕ ਸਬਜ਼ੀ ਬਣਾਉਂਦੇ ਆ। ਆਹ ਤੁਸੀਂ ਦੇਖੋ ਭਿੰਡੀਆਂ, ਉਹ ਛੋਟਾ ਜਿਹਾ ਚੱਪਣ ਕੱਦੂ ਪਿਆ ਆ, ਟਮਾਟਰ, ਆਹ ਅਲਫਾਸ ਆ, ਪੱਤੇ ਜਿਹੜੇ ਪਏ ਆ, ਆਹ ਇਹਦਾ ਸਲਾਦ ਬਣਾਉਂਦੇ ਆ ਲੋਕ। ਚਲੋ ਜੀ ਸਬਜ਼ੀ ਮੰਡੀ ਦੀ ਸੈਰ ਕਰਦੇ ਹਾਂ, ਦੇਖਦੇ ਹਾਂ। ਉਹ ਘੀਆ ਪਿਆ, ਘੀਆ ਲੋਕ ਜਿਹਨੂੰ ਕਹਿੰਦੇ ਆ। ਆਹ ਸਰਸੋਂ ਦੇ ਪੱਤੇ ਆ, ਸਰਸੋਂ ਦੇ ਸਾਗ ਦੇ। ਤੁਸੀਂ ਦੇਖੋ ਲੋਕ ਹੋਰ ਵੀ ਖਰੀਦਣ ਆਏ ਆ। ਛੋਟੀ ਜਿਹੀ ਮੰਡੀ ਹੈ ਇਹ। ਨਿੰਬੂ ਪਏ ਆ, ਚਲੋ ਦੇਖਦੇ ਹਾਂ।